ਕੈਪਟਨ ਸਾਹਿਬ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਯਾਰ ਸੁੱਤੇ ਪਏ ਹੈ। ਕੈਪਟਨ ਸਾਹਿਬ ਨੂੰ ਪਤਾ ਹੀ ਨਹੀਂ ਸਰਕਾਰ 'ਚ ਹੋ ਕੀ ਰਿਹਾ। ਸਭ ਤੋਂ ਵੱਧ ਡਰੱਗ ਸਮਗਲਰ ਜੇ ਹੈ ਜਾਂ ਪ੍ਰੋਵਾਈਡ ਕਰਦਾ ਉਹ ਜੀਰਾ ਆਪ ਹੈ। ਮੈਂ ਲੱਗਦਾ ਕਿਤੇ ਆਹ ਨਾ ਹੋਏ ਨਾ ਕਿ ਉਹਦੇ ਬੰਦੇ ਨੂੰ ਫੜ ਲਿਆ ਹੋਵੇ ਅਤੇ ਆ ਜੀ ਦੇ ਗੁੱਸਾ ਕਰਦਾ ਹੋਵੇ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁੱਤਾ ਹੋਇਆ ਕਰਾਰ ਦੇ ਦਿੱਤਾ। ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕੰਮ ਪੂਰਾ ਤੇਜ਼ੀ ਨਾਲ ਕੀਤਾ ਜਾ ਰਿਹਾ, ਪਰ ਪੰਜਾਬ ਸਰਕਾਰ ਦੀ ਢਿੱਲ ਕਾਰਨ ਹੀ ਲਾਂਘੇ ਦਾ ਕੰਮ ਅਟਕਿਆ ਹੋਇਆ। ਗਵਰਨਮੈਂਟ ਆਫ ਇੰਡੀਆ 4 ਹਫ਼ਤਿਆਂ ਦੇ ਅੰਦਰ ਕੰਸਲਟੈਂਟ ਲਾ ਕੇ ਅਲਾਈਨਮੈਂਟ ਕਰਾ ਕੇ ਸਾਰਾ ਕੁਝ ਕਰ ਸਕਦੀ ਹੈ। ਕਾਗਜ਼ੀ ਮਿੰਟ ਨਹੀਂ, ਇੱਕ ਮਹੀਨਾ ਲੱਗਦਾ ਇਹਨਾਂ ਨੂੰ ਮਿੰਟ ਪੇਸ਼ ਕਰਨ ਦੇ। ਮੈਂ ਕੈਪਟਨ ਸਾਹਿਬ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਯਾਰ ਸੁੱਤੇ ਪਏ ਹੈ। ਕੈਪਟਨ ਸਾਹਿਬ ਨੂੰ ਪਤਾ ਹੀ ਨਹੀਂ ਸਰਕਾਰ 'ਚ ਹੋ ਕੀ ਰਿਹਾ। ਕੈਪਟਨ ਸਾਹਿਬ ਨੂੰ ਕੁਛ ਨਹੀਂ ਪਤਾ, ਨਾ ਉਹਨਾਂ ਨੇ ਮੰਤਰੀਆਂ ਨੂੰ ਕੁਛ ਪਤਾ। ਸੋ ਇਸ ਕਰਕੇ ਅਫਸੋਸ ਇਸ ਗੱਲ ਦਾ ਕਿ ਆਪਾਂ ਪੰਜਾਬ 'ਚ ਇੱਕ ਅਜਿਹੀ ਸਰਕਾਰ ਹੈ ਜਿਹੜੀ ਸਰਕਾਰ ਹੈ ਨਹੀਂ। ਆਪਾਂ ਡਰਾਈਵਰਲੈਸ ਕਾਰ 'ਤੇ ਚੱਲ ਰਹੇ ਹਾਂ। ਮਤਲਬ ਕਿਤੇ ਨਾ ਕਿਤੇ ਵੱਜੂ, ਜ਼ਰੂਰ ਵੱਜੂ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵਿਧਾਇਕ ਕੁਲਬੀਰ ਜੀਰਾ 'ਤੇ ਤੰਜ ਕੱਸਦੇ ਹੋਏ ਕਿਹਾ ਪੰਜਾਬ ਦਾ ਸਭ ਤੋਂ ਵੱਡਾ ਡਰੱਗ ਸਮਗਲਰ ਹੀ ਕੁਲਬੀਰ ਜੀਰਾ ਹੈ। ਸਭ ਤੋਂ ਵੱਡਾ ਡਰੱਗ ਸਮਗਲਰ ਜੇ ਹੈ ਜਾਂ ਪ੍ਰੋਵਾਈਡ ਕਰਦਾ ਉਹ ਜੀਰਾ ਆਪ ਹੈ। ਮੈਂ ਲੱਗਦਾ ਕਿਤੇ ਆਹ ਨਾ ਹੋਏ ਨਾ ਕਿ ਉਹਦੇ ਬੰਦੇ ਨੂੰ ਫੜ ਲਿਆ ਹੋਵੇ ਅਤੇ ਆ ਜੀ ਦੇ ਗੁੱਸਾ ਕਰਦਾ ਹੋਵੇ, ਕਿਉਂਕਿ ਜੋ ਉੱਥੇ ਜੀਰਾ ਮੈਂ ਪਤਾ ਕੀਤਾ, ਜੋ ਕੁਲਦੀਪ ਜੀਰੇ ਨੇ ਗੰਦ ਪਾਇਆ ਉੱਥੇ, ਜੋ ਉਹਨਾਂ ਨੇ ਲੁੱਟਖੋ ਕਰਦਾ, ਜੋ ਡਰੱਗਸ ਰੇਤਾ ਬਜਰੀ ਡਰੱਗਸ ਦੀ ਸਮਗਲਿੰਗ ਕਰਾਉਂਦਾ, ਮੈਨੂੰ ਲੱਗਦਾ ਕਿਤੇ ਕਹਾਣੀ ਉਲਟੀ ਨਾ ਹੋਵੇ। ਦੱਸਦੇ ਹੀ ਕਿ ਸੁਖਬੀਰ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਬਠਿੰਡਾ 'ਚ ਕਾਂਗਰਸ ਕੌਂਸਲਰ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੇ ਸਮਾਗਮ 'ਚ ਪਹੁੰਚੇ ਹੋਏ ਸੀ। ਬਠਿੰਡਾ ਤੋਂ ਜੁਗਨੂ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।